ਗੁਰਮਤੀ ਪ੍ਰਚਾਰ ਸੇਵਾ ਮਿਸ਼ਨ ਚੈਰੀਟੇਬਲ ਸੁਸਾਇਟੀ ਅਤੇ ਦਮਦਮੀ ਟਕਸਾਲ ਯਾਤਰਾ ਰਾਜਪੁਰਾ ਬੋਲੋ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਸਮਰੋਪਾਈ ਬਰਜਿੰਦਰ ਸਿੰਘ ਪਰਮਾਨਾ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਮਾਜ ਸੇਵੀ ਡਾਕਟਰ ਨਰਿੰਦਰ ਸਿੰਘ ਕਲਗੀਧਰ ਅਤੇ ਗੁਰੂ ਆਸੀਨ ਕੀਰਤਨੀ ਯਾਤਰਾ ਅੰਬਾਲਾ ਪਹੁੰਚੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਐਮਸੀ ਜਸਵੀਰ ਸਿੰਘ ਜੱਸੀ ਪਾਈ ਕਰਨਲ ਸਿੰਘ ਪਰਮਾਨਾ ਸਮਾਜ ਸੇਵੀ ਹਰੀਸ਼ ਜਗਦੀਸ਼ ਕੇਬੀ ਜ਼ਿਲ੍ਹਾ ਯੂਵਾ ਮੋਰਚਾ ਪ੍ਰਧਾਨ ਅਜੇ ਚੌਧਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਰਾਸ਼ਨ ਵੰਡ ਸਮਾਗਮ ਦੇ ਵਿੱਚ 70 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਤੇ ਇਸ ਮੌਕੇ ਸਮੋਦਨ ਕਰਦੇ ਹੋਏ ਡਾਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਹਰ ਉਸ ਸੰਸਥਾ ਦੇ ਸਮਾਜ ਸੇਵੀ ਵਿਅਕਤੀ ਨੂੰ ਕਰਨੇ ਚਾਹੀਦੇ ਹਨ ਜੋ ਲੋਕਾਂ ਦੇ ਨਾਲ ਜੁੜੇ ਹੋਏ ਹਨ ਤਾਂ ਜੋ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਹੋ ਸਕੇ ਇਸ ਸਮਰੋਹ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਭਾਈ ਬਰਜਿੰਦਰ ਸਿੰਘ ਪ੍ਰਵਾਨਾ ਨੇ ਕਿਹਾ ਕਿ ਉਹਨਾਂ ਦੀ ਸੁਸਾਇਟੀ ਵੱਲੋਂ ਸਮਰੋਹ ਦੀ ਸ਼ੁਰੂਆਤ ਉਨਾ ਜ਼ਰੂਰਤਮੰਦ ਪਰਿਵਾਰਾਂ ਤੇ ਵਿਧਵਾ ਬੀਬੀਆਂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ ਜੋ ਆਪ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀਆਂ। ਰਾਜਪੁਰਾ ਤੋਂ ਰਜਿੰਦਰ ਸਿੰਘ ਮੋਹੀ ਅਜਾਟੀਵੀ ਨਿਊਜ਼। ਅੱਜ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਚੈਰਿਟੇਬਲ ਸੁਸਾਇਟੀ ਤੇ ਦਮਦਿਮੀ ਟਕਸਾਲ ਜਥਾ ਰਾਜਪੁਰਾ ਵੱਲੋਂ ਜੋ ਲਗਭਗ 70 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਹ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਇਨਕਮ ਦਾ ਕੋਈ ਸਾਧਨ ਨਹੀਂ ਜਿਹਦੇ ਵਿੱਚ ਜ਼ਿਆਦਾ ਕਰਕੇ ਵਿਧਵਾ ਪੈਣਾ ਨੇ। ਕਿ ਜਿਨ੍ਹਾਂ ਨੂੰ ਘਰ ਦੇ ਵਿੱਚ ਗੁਜ਼ਾਰਾ ਕਰਨਾ ਵੀ ਔਖਾ ਹੈ। ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦੇ ਪਰਿਵਾਰ ਦੀ ਦਵਾਈ ਦਾ ਜੋ ਪ੍ਰਬੰਧ ਹੈ ਉਹ ਵੀ ਜਥੇ ਵੱਲੋਂ ਡਾਕਟਰ ਸਾਹਿਬਾਨਾਂ ਦੇ ਸਹਿਯੋਗ ਨਾਲ ਜਿਹੜਾ ਕੀਤਾ ਜਾ ਰਿਹਾ ਤੇ ਡਾਕਟਰ ਸਰਪਜੀਤ ਸਿੰਘ ਜੀ ਪਟੇੜੀ ਤੋਂ ਉਹਨਾਂ ਵੱਲੋਂ ਵੀ ਜਿਹੜੇ ਸਾਡੇ ਸੁਸਾਇਟੀ ਦਾ ਜੁੜੇ ਹੋਏ ਪਰਿਵਾਰ ਨੇ ਜੋ ਰਾਸ਼ਨ ਲੈ ਰਹੇ ਨੇ ਉਹਨਾਂ ਦਾ ਚੈੱਕਅਪ ਜਿਹੜਾ ਹੈ ਉਹਥੇ ਫ੍ਰੀ ਕੀਤਾ ਜਾਂਦਾ ਹੈ ਤੇ ਅਸੀਂ ਸਾਰੇ ਸੰਗਤਾਂ ਦਾ ਸਾਰਿਆਂ ਸੱਜਣਾਂ ਦਾ ਤੇ ਪੱਤਰਕਾਰ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜੋ ਸਾਨੂੰ ਸਮੇਂ-ਸਮੇਂ ਤੇ ਇਹਨਾਂ ਕਾਰਜਾਂ ਵਿੱਚ ਸਹਿਯੋਗ ਦਿੰਦੇ ਨੇ ਤੇ ਇਸ ਕਾਰਜ ਨੂੰ ਕਵਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਨਰਿੰਦਰ ਸਿੰਘ ਪਟਿਆਲਾ ਡਾਕ ਨੋ ਸੈਂਟਰ ਤੋਂ ਬਾਬਾ ਜੀ ਕੋ ਲਾਏ ਸੀ ਬਹੁਤ ਵਧੀਆ ਲੱਗਾ ਸਾਨੂੰ ਗਰੀਬ ਪਰਿਵਾਰਾਂ ਦੀ ਜੋ ਸੰਯੋਗ ਕਰ ਰਹੇ ਨੇ ਜੋ ਸਹਾਇਤਾ ਕਰ ਰਹੇ ਨੇ ਵਿਧਵਾ ਪਰਣਾ ਦੀਆਂ ਤੇ ਬਹੁਤ ਸਾਨੂੰ ਚੰਗਾ ਲੱਗਾ ਸਾਡੇ ਵੱਲੋਂ ਵੀ ਜੋ ਸੰਯੋਗ ਦਿੱਤਾ ਜਾ ਰਿਹਾ ਅਸੀਂ ਵੱਧ ਤੋਂ ਵੱਧ ਚੜ੍ਹ ਕੇ ਦਵਾਂਗੇ ਜੀ ਜੋ ਦਿੱਤਾ ਹੈ ਬਾਕੀ ਜੋ ਸਾਡੇ ਟੈਸਟ ਨੇ ਅਲਟਰਾਸਾਉਂਡ ਹੋ ਗਿਆ ਲੈਬ ਦੇ ਟੈਸਟ ਹੋ ਗਏ ਐਕਸ-ਰੇ ਹੋ ਗਏ ਉਹਦੇ 'ਚ ਵੱਧ ਤੋਂ ਵੱਧ ਸਾਰੇ ਗਰੀਬ ਪਰਿਵਾਰਾਂ ਨੂੰ ਅਸੀਂ ਵੱਧ ਤੋਂ ਵੱਧ ਡਿਸਕਾਊਂਟ ਦਵਾਂਗੇ